ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਆਦਾਬ ਬਰਸ ਮੈਂ ਹਾਂ ਤੁਹਾਡੀ ਹੋਸਟ ਅਨੀਲ ਮਕੋੜਾ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ੍ਰੋਤਿਆਂ ਨੂੰ ਜੀ ਆਇਆਂ ਕਹਿੰਦੀ ਆਂ ਪ੍ਰੋਗਰਾਮਰ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਾ ਫਿਰ ਸੰਦਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਬਿਰਨਾ ਮੌਜੂਦ ਨੇ ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਸ਼ੂਜ਼ੂਪੁਰ ਉਹਨਾਂ ਤੋਂ ਉਹਨਾਂ ਦਾ ਤੱਥ ਸਰਾ ਜਾਣਦੇ ਆਂ ਜੀ ਰਾਤ ਸਭ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਪੈਣਾ ਪਰਾਵਾਂ ਨੂੰ ਅਸਲਾਮੁਅਲੈਕੁਮ ਜੀ ਡਾਕਟਰ ਸਾਹਿਬ ਜੀ ਆਨੂ ਪ੍ਰੋਗਰਾਮਰ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 10 ਮਾਰਚ 2021 26 ਫੱਗਨ ਨਾਨਕ ਚਾਇ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨ ਦੱਸਦੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀਏ ਦੀ 4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨੀ ਕੇਬਲ ਬਲਫਰ ਕੇਬਲ ਕੈਨੇਡਾ ਰੋਕੋ ਜਾਦੂ ਬਾਕਸ ਅ ਸ਼ਾਵਾ ਫੇਸਬੁਕ ਟੀਵੀ 84 ਦੀ ਆਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈ ਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਪਿਓਰਜ਼ ਜੇ ਤੁਸੀਂ ਟੀਵੀ 84 ਨਾਲ ਜਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁਕ ਰਾਹੀਂ ਜੁੜੇ ਤੇ ਸੁਣਵਾਤਵਾ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਰਸਾਂ ਦੇਖ ਸਕਦੇ ਹੋ ਵੀਵਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਆਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਯੂਕੇ ਦੇ ਹਾਊਸ ਆਫ ਲਾਰਡਸ ਵਿਚਲੇ ਸਿੱਖ ਲਾਰਡ ਇੰਦਰਜੀਤ ਸਿੰਘ ਨੇ ਯੂਐਨ ਦੇ ਐਮਪੀਸ ਤੇ ਯੂਨਾਈਟਿਡ ਨੇਸ਼ਨਸ ਨੂੰ ਲਿਖੇ ਇੱਕ ਖੁੱਲੇ ਖੱਤ ਵਿੱਚ ਮੰਗ ਕੀਤੀ ਹੈ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਦਿੱਲੀ ਵਿੱਚ ਕਿਸਾਨ ਮੋਰਚਿਆਂ ਵਾਲੀਆਂ ਥਾਵਾਂ ਤੇ ਅਬਜ਼ਰਵਰ ਭੇਜੇ ਜਾਣ ਜਿਹੜੇ ਕਿ ਕਿਸਾਨ ਅੰਦੋਲਨ ਨੂੰ ਮੋਨੀਟਰ ਕਰਨ ਤਾਂ ਕਿ ਭਾਰਤ ਸਰਕਾਰ UN ਚਾਰਟਰ ਅਤੇ ਇੰਟਰਨੈਸ਼ਨਲ ਟਰੀਟੀਆਂ ਦੀ ਉਲੰਘਣਾ ਨਾ ਕਰ ਸਕੇ ਇਸ ਸਬਜੈਕਟ ਤੇ ਐਂਡ ਨਾਲ ਹੀ ਕਿਸਾਨ ਅੰਦੋਲਨ ਨਾਲ ਸੰਬੰਧ ਜੜੀਆਂ ਖਬਰਾਂ ਨੇ ਉਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਡਾਕਟਰ ਸਾਹਿਬ ਦੇ ਵਿਚਾਰ ਸੁਣਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਦਰ ਸਾਹਿਬ ਕੀ ਵਿਚਾਰ ਹਨ ਅਹ ਦੇਖੋ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਸਾਡੇ ਕੱਲ ਦੇ ਪਹਿਲੇ ਸੈਗਮੈਂਟ ਦੇ ਉੱਤੇ ਖਾਸ ਤੌਰ ਤੇ ਜਿਹੜੀ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਲਗਭਗ ਡੇਢ ਘੰਟਾ ਬੇਸ਼ੱਕ ਵਰਚੂਅਲੀ ਸੀ ਕਾਨਫਰੰਸ ਹੋਈ ਜਿਹਦੇ ਵਿੱਚ ਆਲਮੋਸਟ 19 ਮੈਂਬਰਸ ਆਫ ਪਾਰਲੀਮੈਂਟ ਨੇ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਫਾਰਮਰਸ ਨਾਲ ਵੀ ਸਪੋਰਟ ਦਾ ਇਜ਼ਹਾਰ ਕੀਤਾ ਪਰ ਸਭ ਤੋਂ ਵੱਡੀ ਗੱਲ ਸੀ ਕਿ ਭਾਰਤ ਨੂੰ ਉਸ ਦੇ ਹਿਊਮਨ ਰਾਈਟਸ ਰੈਕર્ડ ਨੂੰ ਉਸ ਦੀ ਮਾਈਨੋਰਟੀਜ਼ ਪ੍ਰਤੀ ਪਹੁੰਚ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਔਰ ਸਿਰਫ ਇੱਕ ਮੈਂਬਰ ਪਾਰਲੀਮੈਂਟ ਜਿਨੇ ਮੋਦੀ ਸਰਕਾਰ ਦੀ ਹਮਾਇਤ ਕੀਤੀ ਲੇਡੀ ਸੀ ਜ਼ਾਹਰ ਉਹਦੀ ਕੰਸਟਿਟੂਐਂਸੀ ਗੁਜਰਾਤੀ ਹੋਣਗੇ ਔਰ ਫੰਡ ਰਾਈジング ਕਰਦੇ ਹੋਣਗੇ ਲੇਕਿਨ ਕੁੱਲ ਮਿਲਾ ਕੇ ਇਸ ਸਾਰੇ ਨੇ ਭਾਰਤ ਨੂੰ ਜਿਵੇਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਵੀ ਉਹਨਾਂ ਨੇ ਹਾਈ ਕਮਿਸ਼ਨਰ ਭਾਰਤ ਦੇ ਨੇ ਵੀ ਸਟਰੋਂਗਲੀ ਵਰਡਡ ਪਹਿਲਾ ਸਟੇਟਮੈਂਟ ਜਾਰੀ ਕੀਤੀ ਪਰ ਕਿਸੇ ਵੀ ਡਿਪਲੋਮੈਟਿਕ ਸਬੰਧਾਂ ਚ ਸਭ ਤੋਂ ਵਰਸਟ ਪਾਰਟ ਹੁੰਦਾ ਜਦੋਂ ਤੁਸੀਂ ਉਹਨਾਂ ਦੇ ਐਮਬੈਸਡਰ ਨੂੰ ਜਾਂ ਹਾਈ ਕਮਿਸ਼ਨਰ ਨੂੰ ਕਿਉਂਕਿ ਬ੍ਰਿਟਨ ਹੋਏ ਕੈਨੇਡਾ ਹੋਏ ਇਹਨਾਂ ਦੇ ਜਿਹੜੇ ਹੁੰਦੇ ਨੇ ਐਨਵਾਈ ਉਹਨਾਂ ਨੂੰ ਐਮਬੈਸਡਰ ਨਹੀਂ ਕਿਹਾ ਜਾਂਦਾ ਹਾਈ ਕਮਿਸ਼ਨਰ ਹੁੰਦਾ ਇੰਡੀਆ ਦੇ ਵੀ ਹਾਈ ਕਮਿਸ਼ਨਰੀ ਆ ਯੂਕੇ ਚ ਉਸ ਨੂੰ ਤਲਬ ਕਰਨਾ ਜਾਂ ਉਸ ਨੂੰ ਸਨਮਣ ਕਰਨਾ ਫੋਰਨ ਆਫਿਸ ਚ ਵਰਸਟ ਡਿਪਲੋਮੈਟਿਕ ਸਨਬ ਹੁੰਦਾ ਸੋ ਇਹ ਆਪਣੇ ਆਪ ਦੇ ਵਿੱਚ ਜਿੱਥੇ ਅਸੀਂ ਡਾਇਸਪੋਰਾ ਦੇ ਸਿੱਖ ਪਾਵਰ ਕਿਵੇਂ ਉਹਨੇ ਪੋਲਿਟੀਕਲ ਪ੍ਰੋਸੈਸ ਨੂੰ ਪ੍ਰਭਾਵਿਤ ਕੀਤਾ ਉਸ ਦੀ ਗੱਲ ਕੀਤੀ ਸੀ ਇਸ ਨੂੰ ਸਾਡੇ ਦਰਸ਼ਕਾਂ ਨੇ ਪਸੰਦ ਕੀਤਾ ਔਰ ਇਸ ਚੋਂ ਕੁਝ ਕਲਿੱਪ ਜਿਹੜੇ ਨੇ ਆਡਟ ਥਾਵਾਂ ਦੇ ਉੱਤੇ ਦੇਖਣ ਤੇ ਵੀ ਆਏ ਨੇ ਕਿਉਂਕਿ ਬਹੁਤ ਵਾਰ ਇਹ ਹੁੰਦਾ ਔਰ ਜਦੋਂ ਕੋਈ ਕਾਲ ਵੀ ਕਰੇਗਾ ਜਿਵੇਂ ਮੇਘ ਰਾਜ ਸਿੰਘ ਕਾਲ ਕਰਕੇ ਜਿਹੜੇ ਨੇ ਤਾਰੀਫ ਕਰਦੇ ਨੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਸਿਰਫ ਮੰਦੇ ਭਾਗਾਂ ਦੀ ਗੱਲ ਇਹ ਹੈ ਕਿ ਆਪਣੇ ਬਹੁਤ ਸਾਰੇ ਲੋਕਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਅਸੀਂ ਜਾਣਕਾਰੀ ਤਾਂ ਉਹੀ ਹੁੰਦੀ ਹੈ ਸਾਰੇ ਪਾਸੇ ਪਈ ਹੁੰਦੀ ਹੈ ਔਰ ਬਹੁਤ ਸਾਰਾ ਵਕਤ ਜਿਹੜੇ ਸਾਡੇ ਵੀਰ ਭੈਣਾਂ ਸੋਸ਼ਲ ਮੀਡੀਆ ਦੇ ਉੱਤੇ ਜਸਟ ਇੱਕ ਦੂਜੇ ਨੂੰ ਐਕਿਊਜ਼ ਕਰਨ ਤੇ ਜਾਂ ਹੋਰ ਫਜ਼ੂਲ ਗੱਲਾਂ ਤੇ ਲਾਂਦੇ ਨੇ ਜੇ ਸੱਚਮੁੱਚ ਔਰ ਜਦੋਂ ਅਸੀਂ ਦੇਖਦੇ ਆ ਕਿ ਵੀ ਇਹ ਜਿਹੜੇ ਬ੍ਰਾਹਮਣਵਾਦੀ ਹਾਕਮ ਨੇ ਅੱਜ ਦੇ ਹੋਣ ਜਾਂ ਬੀਤੇ 74 ਸਾਲਾਂ ਚ ਦੂਸਰੇ ਵੀ ਹੋਣ ਇਹ ਝੂਠ ਦੇ ਉੱਤੇ ਖੜੇ ਨੇ ਲੇਕਿਨ ਇਹ ਕਿਉਂਕਿ ਕਿਵੇਂ ਇਹਨਾਂ ਨੇ ਕਿਸ ਚੀਜ਼ ਨੂੰ ਕਿਹੜੀ ਸਪਿਨ ਦੇਣੀ ਹੈ ਕਿੱਧਰ ਨੂੰ ਤੋੜਨਾ ਹੈ ਪੜਾਈ ਲਿਖਾਈ ਦੇ ਮਾਰ ਰਹੇ ਨੇ 4000 ਸਾਲ ਤੋਂ ਪੜਾਈ ਇਹਨਾਂ ਨੇ ਆਪਣੇ ਕੋਲ ਰੱਖੀ ਦੂਸਰੇ ਨੂੰ ਤਾਂ ਪੜ੍ਹ ਨਹੀਂ ਦਿੱਤਾ ਹੈ ਬਿਲਕੁਲ ਨਤੀਜੇ ਦੇ ਤੌਰ ਤੇ ਜਿਹੜੀ ਮਾਰ ਅਸੀਂ ਖਾਂਦੇ ਆ ਅਸੀਂ ਕਲਮ ਦੀ ਮਾਰ ਖਾਂਦੇ ਆ ਅਸੀਂ ਬਹੁਤ ਵਾਰ ਜ਼ਜ਼ਬਾਤੀ ਤੌਰ ਦੇ ਉੱਤੇ ਆਪਣੇ ਜ਼ਜ਼ਬਿਆਂ ਦਾ ਇਜ਼ਹਾਰ ਜ਼ਰੂਰ ਕਰਦੇ ਆ ਲੇਕਿਨ ਜਦੋਂ ਇਹ ਲਿਖਣ ਪੜ੍ਹਨ ਦਾ ਮੌਕਾ ਆਂਦਾ ਜਿਵੇਂ ਜੇ ਹੁਣ ਇੱਕ ਰਟਕਰ ਯੂਨੀਵਰਸਿਟੀ ਦੀ ਬੀਬੀ ਸਾਊਥ ਏਸ਼ੀਅਨ ਡਿਪਾਰਟਮੈਂਟ ਦੀ ਜਿਹਨੇ ਇੰਡੀਅਨ हिस्ट्री बारे लिखया मिडिएवल दी इंडियन हिस्ट्री करंट दी उनु इनी हेट मेल ਨਾਲ फ्लड ਕੀਤਾ ਰੁਟਕਰ ਦੇ ਵਿੱਚ ਜਿਹੜੇ ਉਹਨਾਂ ਦੇ ਹਿੰਦੂਤਵੀ ਸਟੂਡੈਂਟ ਨੇ ਉਹਨਾਂ ਨੇ ਵੀ ਕਿਉਂ ਨੇ ਕਿੰਨੇ ਹਜ਼ਾਰ ਅਕਾਊਂਟ ਬੰਦ ਕੀਤੇ ਆ ਯੂਨੀਵਰਸਿਟੀ ਅਥਾਰਟिटीज ਨੇ ਉਹਦੇ ਹੱਕ ਦੇ ਵਿੱਚ ਸਟੇਟਮੈਂਟ ਦਿੱਤੇ ਔਰ ਉਹਨੇ ਕਿਹਾ ਵੀ ਮੈਂ ਇਮੇਜਿਨ ਨਹੀਂ ਕਰ ਸਕਦੀ ਕਿ ਇਨੀ ਹੇਟ ਮੇਲ ਔਰ ਇਸ ਐਂਟਾਈ ਮੁਸਲਮ ਮੇਲ ਹੇਟ ਮੇਲ ਔਰ ਉਹ ਸਾਰੇ ਉਹਨੇ ਕਿਹਾ ਮੈਂ ਤਾਂ ਆਪਣੇ ਔਰ ਡਾਇਰੈਕਟ ਥ੍ਰੈਟਸ ਹੁਣ ਅਸੀਂ ਇਹ ਦੇਖਦੇ ਆ ਕਿ ਵੀ ਇਸ ਦੇ ਉਲਟ ਜੇ ਅਸੀਂ ਆਪਣਿਆਂ ਵੱਲ ਦੇਖੀਏ ਜਿਹੜੇ ਵੀ ਕੋਈ ਸਾਡੇ ਹੱਕ ਦੇ ਵਿੱਚ ਜਾਂ ਭਾਰਤ ਨੂੰ ਐਕਸਪੋਜ਼ ਕਰਨ ਵਾਲੇ ਰਾਈਟਰ ਕੋਈ ਵਾਸ਼ਿੰਗਟਨ ਪੋਸਟ ਕੋਈ ਨਿਊਯਾਰਕ ਟਾਈਮਜ਼ ਜਾਂ ਕੋਈ ਯੂਨੀਵਰਸਿਟੀ ਪ੍ਰੋਫੈਸਰ ਲਿਖਦਾ ਕਿੰਨੇ ਕਨੇ ਸਾਡੇ ਜਿਹੜੇ ਉਹਨੂੰ ਐਪਰੀਸ਼ੀਏਸ਼ਨ ਦੀ ਲਾਈਨ ਲਖਣਗੇ ਜਾਂ ਉਸ ਨੂੰ ਕਹਿਣਗੇ ਕਿ ਭਾਈ ਤੂੰ ਬਿਲਕੁਲ ਠੀਕ ਫੈਕਟਰ ਲਿਆਂਦਾ ਸੋ ਇਹ ਇੱਕ ਵੱਡੀ ਘਾਟ ਹੈ ਔਰ ਇਸ ਲਈ ਬਹੁਤ ਵਾਰੀ ਬਹੁਤਿਆਂ ਨੂੰ ਲੱਗਦਾ ਹੈ ਵੀ ਪਤਾ ਨਹੀਂ ਅਸੀਂ ਇੰਨੀ ਇਨਫੋਰਮੇਸ਼ਨ ਕਿਵੇਂ ਇਕੱਠੀ ਕਰ ਲੈਂਦੇ ਨਹੀਂ ਅੱਜ ਦੇ ਪੀਰੀਅਡ ਚ ਤਾਂ ਬਹੁਤ ਸੌਖਾ ਹੈ ਤੁਸੀਂ ਬੈਠੇ ਹੋ ਇੰਟਰਨੈਟ ਤੇ ਬੈਠੇ ਹੋ ਸਿਰਫ ਤੁਹਾਡਾ ਇੰਟਰਸਟ ਹੋਣਾ ਚਾਹੀਦਾ ਹੈ ਕਿ ਤੁਸੀਂ ਫੈਕਟਸ ਦੇ ਨਾਲ ਗੱਲ ਕਰਨੀ ਹੈ ਜ਼ੁਬਾਤੀ ਉੱਚੀ ਹੋ ਕੇ ਗਾੜੀ ਗਲੋਚ ਠੀਕ ਹੈ ਆਪਣੇ ਆਪ ਨੂੰ ਤਸੱਲੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਬੁਰਾ ਭਲਾ ਕਹਿੰਦੇ ਹੋ ਪਰ ਇਹਦੇ ਨਾਲ ਨਾ ਲੜਾਈਆਂ ਜਿੱਤੀਆਂ ਜਾਂਦੀਆਂ ਨਾ ਤੁਹਾਡਾ ਆਰਗੂਮੈਂਟ ਬੈਟਰ ਹੁੰਦਾ ਔਰ ਇਹ ਹਿੰਦੂਤਵੀ ਉਸ ਝੂਠ ਦੀ ਬੁਨਿਆਦ ਦੇ ਉੱਤੇ ਖਲੋਤੇ ਹੋਏ ਨੇ ਇਹਨਾਂ ਦੀ ਸਾਰੀ ਆਈਡੀਓਲੋਜੀ ਝੂਠੀ ਹੈ ਇਹਨਾਂ ਦਾ ਸਾਰਾ ਵਰਣ ਆਸ਼ਰਮ ਔਰ ਇਨੇਕ ਹੋਲ ਨੇ ਇਹਨਾਂ ਦੇ ਜਾਮੇ ਦੇ ਵਿੱਚ ਕਿ ਵੀ ਤੁਹਾਨੂੰ ਚਾਰ ਜਫੇਰੇ ਮੋਰੀਆਂ ਹੀ ਮੋਰੀਆਂ ਨਜ਼ਰ ਆਉਂਦੀਆਂ ਔਰ ਹਾਂ ਕੋਈ ਸਾਬਤ ਕਦਮ ਕੋਈ ਕਰੈਕਟਰ ਇੰਟੈਗ੍ਰਿਟੀ ਵਾਲਾ ਸਿਸਟਮ ਜਿਵੇਂ ਆਮ ਹੁੰਦਾ ਕਿਸੇ ਵੀ ਇਮਾਨਦਾਰ ਬੰਦੇ ਨੂੰ ਡੇਗਣਾ ਜਾਂ ਇਮਾਨਦਾਰ ਬੰਦੇ ਨੂੰ ਝੁਕਾਣਾ ਔਖਾ ਹੁੰਦਾ ਹੈ ਕਰਪਟ ਬੰਦੇ ਨੂੰ ਤਾਂ ਸਭ ਤੋਂ ਸੌਖਾ ਹੁੰਦਾ ਤੁਹਾਨੂੰ ਦੀ ਕੀਮਤ ਪਤਾ ਹੋਣੀ ਚਾਹੀਦੀ ਹੈ ਤੁਸੀਂ ਕੀਮਤ ਤਾਰ ਦਿਓ ਉਹਨੂੰ ਜਿੱਥੇ ਮਰਜੀ ਲੈ ਜਾਓ ਖਰੀਦ ਕੇ ਸੋ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਸਾਰਾ ਸਿਸਟਮ ਹੈ ਉਹ ਤਾਂ ਉਹ ਤਾਂ ਟੋਟਲ ਬਲੈਕ ਹੈ ਉੱਤੋਂ ਥੱਲੇ ਤੱਕ ਬਲੈਕ ਕੈਟਲ ਹੈ ਔਰ ਲੇਕਿਨ ਕਿਉਂਕਿ ਉਸ ਨੂੰ ਐਕਸਪੋਜ਼ ਨਹੀਂ ਕੀਤਾ ਗਿਆ ਇਹ ਪਹਿਲਾ ਮੌਕਾ ਮੈਂ ਸਮਝਦਾ ਹਾਂ ਪਿਛਲੇ 4 ਮਹੀਨਿਆਂ ਚ ਲਗਭਗ ਜਿਹੜਾ ਕਿਸਾਨ ਲਹਿਰ ਨੇ ਬਿਲਡ ਕੀਤਾ ਕਿ ਇੰਟਰਨੈਸ਼ਨਲੀ ਬਹੁਤ ਸਾਰੇ ਜਿਹੜੇ ਇੱਥੇ ਬੈਠੇ ਇੰਡੀਆ ਬਾਰੇ ਉਹਨਾਂ ਦਾ ਉਹੀ ਕਿ ਲੈਂਡ ਆਫ ਮਿਸਟਿਸਿਜ਼ਮ ਸਪਿਰਚੁਅਲਿਟੀ ਕੋਈ ਹਿੱਪੀ ਕਲਚਰ ਦੇ ਜ਼ਮਾਨੇ ਦਾ ਉਸ ਕਿਸਮ ਦਾ ਇੰਪੈਕਟ ਕੋਈ ਗਾਂਧੀ ਦੇ ਨਾਂ ਦਾ ਇੰਪੈਕਟ ਔਰ ਡੈਮੋਕ੍ਰੇਸੀ 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 ਇਹ ਮੰਤਰ ਪੜ੍ਹ-ਪੜ੍ਹ ਕੇ ਕਿਉਂਕਿ ਬ੍ਰਾਹਮਣ ਦਾ ਤਾਂ ਐਮਫਸਿਸ ਹੀ ਇਹ ਹੁੰਦਾ ਹੈ ਨਾ ਜਦੋਂ ਉਹ ਕਿਸੇ ਨੂੰ ਮੰਤਰ ਵੀ ਦਾ ਮੰਤਰ ਕੀ ਹੈ ਕਨਸਟੈਂਟ ਚੈਂਟਿੰਗ ਵੀ ਪੜੀ ਜਾਓ ਪੜੀ ਜਾਓ ਪੜੀ ਜਾਓ ਸੋ ਉਹ ਕੱਲਾ ਉਹੀ ਨਹੀਂ ਹੈ ਕਿ ਵੀ ਉਹਦਾ ਦਿਮਾਗ ਬਲੌਕ ਕਰ ਦਿੰਦੇ ਨੇ ਜਿਹਨੂੰ ਕਿਹਾ ਵੀ ਤੂੰ ਇਹ ਮੰਤਰ ਪੜੀ ਜਾ ਇਹ ਉਹਨਾਂ ਦਾ ਵੀ ਇਹੀ ਮੰਤਰ ਹੈ ਕਿ ਝੂਠ ਨੂੰ ਰਿਪੀਟ ਕਰੋ ਕਰੀ ਜਾਓ ਕਰੀ ਜਾਓ ਕਰੀ ਜਾਓ ਅਲਟੀਮੇਟਲੀ ਦੂਸਰੇ ਕਹਿਣਗੇ ਵੀ ਇਹ ਝੂਠ ਤਾਂ ਨਹੀਂ ਹੋ ਸਕਦਾ ਔਰ ਤੁਸੀਂ ਹਰ ਚੀਜ਼ ਨੂੰ ਕਿਸ ਤਰ੍ਹਾਂ ਲੈਣਾ ਆੜ ਉਹਨਾਂ ਦੇ ਸੋ ਕਾਲਡ ਸਾਇੰਟਿਸਟ ਉਹਨਾਂ ਦਾ ਹੈਲਥ ਮਿਨਿਸਟਰ ਉਹਨਾਂ ਦਾ ਪ੍ਰਾਈਮ ਮਿਨਿਸਟਰ ਕਿਵੇਂ ਝੂਠ ਬੋਲਦੇ ਨੇ ਕਿਵੇਂ ਉਹ ਨਵੀਂ ਸਾਇੰਸ ਕਦੇ ਗਮਲਿਆਂ ਚ ਨਿਆਣੇ ਜੰਮਦੇ ਨੇ ਕਦੇ ਬੰਦੇ ਤੇ ਹਾਥੀ ਦਾ ਸਿਰ ਲੋਂਦੇ ਨੇ ਕਦੇ ਜਿਹੜਾ ਉਹ ਕਹਿੰਦੇ ਨੇ ਜੀ ਸਾਡੇ ਕੋਲ ਤਾਂ ਉਹ ਮਹਾਭਾਰਤ ਦੇ ਵਿੱਚ ਪਹਿਲਾਂ ਹੀ ਸੀ ਕਿ ਭਾਈ ਕਿਵੇਂ ਹਰ ਥਾਂ ਤੇ ਪਤਾ ਲੱਗ ਜਾਂਦਾ ਅਸੀਂ ਤਾਂ ਪਹਿਲਾਂ ਹੀ ਸੈਟੇਲਾਈਟਸ ਬਣਾਈਆਂ ਹੋਈਆਂ ਸੀ ਕਿ ਜੰਗ ਦਾ ਜਿਹੜਾ ਵੇਰਵਾ ਉਹਨੂੰ ਅਨੇਤ੍ਰੇ ਤ੍ਰਿਰਾਸ਼ਟਰ ਨੂੰ ਸੁਣਾ ਰਿਆ ਸੀ ਬੈਠਾ ਉਹਦਾ ਇੱਕ ਬੰਦਾ ਉੱਥੇ ਹੁਣ ਇਹ ਵਿਕਰਿਆ ਉਹਨਾਂ ਨੂੰ ਕੋਈ ਸ਼ਰਮ ਨਹੀਂ ਹੁੰਦੀ ਕਹਿਣ ਨੂੰ ਅਸੀਂ ਆਪਣੇ ਮਜ਼ਬ ਦੇ ਹਵਾਲੇ ਨਾਲ ਵੀ ਮੈਂ ਸਿੱਖਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਬਿਲਕੁਲ ਜਿਸ ਦੇ ਵਿੱਚ ਜਿਹੜਾ ਬਿਸ਼ੱਕ ਹਰ ਮਜ਼ਹਬ ਫੇਥ ਤੇ ਖੜਾ ਹੈ ਔਰ ਇਸ ਲਈ ਅਮਰੀਕਾ ਚ ਰਿਲੀਜੀਅਨ ਲਫ਼ਜ਼ ਇਸਤੇਮਾਲ ਹੁੰਦਾ ਫੇਥ ਹੁੰਦਾ ਹੈ ਫੇਥ ਦੇ ਆਪਣੇ ਨੁਕਤੇ ਨੇ ਪਰ ਜਿੰਨਾ ਮਾਡਰਨ ਟਿੰਜ ਦਾ ਲੌਜੀਕ ਦੇ ਨਾਲ ਜਾਂ ਪੈਰਲਲ ਜਿਹੜੀਆਂ ਵੈਲਿਊ ਸਿਸਟਮ ਐ ਵੈਸਟ ਦਾ ਡੈਮੋਕ੍ਰੇਸੀਸ ਦਾ ਸਿੱਖ ਮਜ਼ਬ ਹੈ ਇਹਦੇ باوجود ਜੇ ਤੁਸੀਂ ਆਪਣੇ ਲੋਕਾਂ ਦੀ ਬਹੁਤ ਵਾਰੀ ਡਿਬੇਟ ਦੇਖੋ ਉਹਨਾਂ ਨੂੰ ਗੁਣੀਆਂ ਗੱਲਾਂ ਦੇ ਉੱਤੇ ਸਿਰਫ ਫਸਿਆ ਹੁੰਦਾ ਹੈ ਮर्यादा 'ਚ ਫਸੇ ਹੁੰਦੇ ਨੇ ਕੋ ਉਧਰ ਤੁਸੀਂ ਦੇਖੋ ਜੀ ਕਿ ਹਿੰਦੂਤਵਾਦੀ ਕੋਈ ਆਈਡੀਓਲੋਜੀ ਕਿਸੇ ਨਾਲ ਨਹੀਂ ਮਿਲਦੀ ਹੈ ਜੋ ਇਹਨਾਂ ਦੀ ਜੋ ਕੁਝ ਇਹਨਾਂ ਦਾ ਵੀ ਹੈ ਜੇ ਗਿਣ ਲਈਏ ਵੇਦ ਨੇ ਵੇਦਾਂ ਤੇ ਆਧਾਰਿਤ ਗਿਆਨੰਦ ਨੇ ਆਰੀਆ ਸਮਾਜ 19ਵੀਂ ਸਦੀ ਚ ਲਿਆਂਦਾ ਉਹਨੇ ਬੁੱਤਪ੍ਰਸਤੀ ਨੂੰ ਕੰਡੈਮ ਕੀਤਾ ਉਹਨੇ ਅਵਤਾਰਵਾਦ ਨੂੰ ਕੰਡੈਮ ਕੀਤਾ RAM ਕ੍ਰਿਸ਼ਨ ਸਾਰੇ ਅਵਤਾਰਾਂ ਨੂੰ ਆਰੀਆ ਸਮਾਜ ਨਹੀਂ ਸੀ ਮੰਨਦਾ ਅੱਜ ਤੁਸੀਂ ਦੇਖੋ ਤੁਹਾਨੂੰ ਲੱਗਦਾ ਵੀ ਕੋਈ ਆਰੀਆ ਸਮਾਜ ਜੀ ਕਿੰਨੇ ਭਾਰਤ ਪਰਚ ਨੈਟਵਰਕ ਹੈ ਡੀਏਵੀ ਸਕੂਲਾਂ ਕਾਲਜਾਂ ਦਾ ਕਿੰਨੀਆਂ ਇੰਪੋਰਟੈਂਟ ਇੰਸਟੀਟਿਊਸ਼ਨਸ ਨੇ ਕਿਸੇ ਆਰੀਆ ਸਮਾਜ ਜੀ ਨੇ ਖਲੋ ਕੇ ਕਿਹਾ ਹੋਏ ਕਿ ਜੀ ਸਾਡੇ ਗਿਆਨੰਦ ਨੇ ਔਰ ਸਾਡਾ ਆਰੀਆ ਸਮਾਜ ਤਾਂ ਬੁੱਤਪ੍ਰਸਤੀ ਨੂੰ ਮੰਨਦਾ ਹੀ ਨਹੀਂ ਹੈ ਤੁਸੀਂ ਉਹਦਾ ਅਵਤਾਰਵਾਦ ਨੂੰ ਵੀ ਨਹੀਂ ਮੰਨਦਾ ਤੇ ਤੁਸੀਂ ਇਹ ਮੰਦਰ ਬਣਾਣਾ RAM ਮੰਦਰ ਫਰਾਨਾ ਠਮਕਾ ਹਰ ਬਾਰ ਪੇ ਇਕੱਠਾ ਕਰ ਰਹੇ ਹੋ ਇਹ ਤਾਂ ਤੁਸੀਂ ਪੱਥਰਾਂ ਨੂੰ ਪੂਜ ਰਹੇ ਕਦੇ ਸੁਣਿਆ ਕਿਸੇ ਆਰੀਆ ਸਮਾਜੀ ਨੇ ਇਸੇ ਤਰ੍ਹਾਂ ਤੁਸੀਂ ਉਹਨਾਂ ਦੀ ਵਿਦਾਂਤ ਨਾਲ ਰਿਲੇਟਡ ਦੇਖ ਲਓ ਵਿਦਾਂਤ ਉਪਨਿਸ਼ਦ ਬੇਸਡ ਜਿਹੜਾ ਇੱਕ ਅੱਡ ਇਹਨਾਂ ਦਾ ਫਲਸਫਾ ਹੈ ਵਿਦਾਂਤ ਵੀ ਇਹ ਸਾਰੇ ਤੋਂ ਉੱਪਰ ਹੈ ਕਿਸੇ ਵਿਦਾਂਤੀ ਨੇ ਕਿਹਾ ਵੀ ਇਹ ਤੁਸੀਂ ਕਿਹੜੀ ਬੁੱਤਪ੍ਰਸਤੀ ਕਰ ਰਹੇ ਹੋ ਔਰ ਕਿਵੇਂ ਤੁਸੀਂ ਜ਼ੁਲਮ ਕਰ ਰਹੇ ਹੋ ਔਰ ਇਸੇ ਤਰ੍ਹਾਂ ਹੋਰ ਤਾਂ ਹੋਰ ਕਮਿਊਨਿਸਟ ਜਿਹੜੇ ਮੰਨ ਕੇ ਹੀ ਤੁਰਦੇ ਨੇ ਕਿ ਰਿਲੀਜੀਅਨ ਇਜ਼ ਦਾ ఓਪੀਮ ਆਫ ਦਾ ਮਾਸਸ ਤੁਹਾਨੂੰ ਨਜ਼ਰ ਆਉਂਦਾ ਵੀ ਇੰਡੀਆ ਚ ਜਦੋਂ ਇਹ ਉੱਥੇ ਜ਼ਮੀਨ ਦੇ ਉੱਤੇ ਨਾਰੀਅਲ ਫੋਰਡ ਕੇ ਕਹਿੰਦੇ ਨੇ ਜੀ ਧਰਤੀ ਪੂਜਨ ਕੀਤਾ ਜਾਂ ਰਾਜਨਾਥ ਨੇ ਜਾ ਕੇ ਉੱਥੇ ਗੰਡੇ ਤੇ ਮਿਰਚਾਂ ਬਨ ਕੇ ਜਿਹੜਾ ਉਹ ਰਾਫੇਲ ਦੀ ਪੂਜਾ ਕੀਤੀ ਕਿਸੇ ਇੰਡੀਅਨ ਕਮਿਊਨਿਟੀ ਲੀਡਰ ਦਾ ਤੁਸੀਂ ਸੁਣਿਆ ਉਹਨੇ ਕਿਹਾ ਕਿ ਵੀ ਇਹ ਕਿਸ ਕਿਸਮ ਦੀ ਤੁਹਾਡੀ ਸਟੇਟ ਹੈ ਸੈਕੂਲਰ ਸਟੇਟ ਜਿੱਥੇ ਤੁਸੀਂ ਇਸ ਕਿਸਮ ਦਾ ਜਿਹੜਾ ਉਹ ਸੁਪਰ ਸਟੇਸ਼ਨ ਕਰ ਸਭ ਹਿੰਦੂ ਨੇ ਬਿਲਕੁਲ ਲੇਕਿਨ ਇਹਦੇ ਉਲਟ ਤੁਸੀਂ ਆਪਣਿਆਂ ਦਾ ਹਾਲ ਦੇਖੋਗੇ ਠੀਕ ਹੈ ਐਟ ਮੂਮੈਂਟਸ ਦੁਸ਼ਮਣ ਮਾਰਨ ਲੱਗਿਆ ਤਾਂ ਨਹੀਂ ਦੇਖਦਾ ਕਿ ਕਿਹੜੇ ਸਿੱਖ ਦੀ ਪੱਗ ਦਾ ਰੰਗ ਚਿੱਟਾ ਹੈ ਕਿਦਾ ਨੀਲਾ ਹੈ ਕਿਦਾ ਕਾਲਾ ਹੈ ਕੌਣ ਜਿਹੜਾ ਉਹ ਨਾਮਧਾਰੀ ਹੈ ਤੇ ਕੌਣ ਕੋਈ ਹੋਰ ਹੈ ਕੌਣ ਨਿਹੰਗ ਹੈ ਕੌਣ ਕਿਸ ਸੰਤ ਦਾ ਚੇਲਾ ਹੈ ਉਹਨਾਂ ਨੇ ਤਾਂ ਸਿੱਖ ਦੇਖਿਆ ਸਿੱਖ ਦੇਖਿਆ ਸੁੱਕ ਟੋ ਕੱਟ ਸਾਨੂੰ ਇਹਦੇ ਤੋਂ ਦੁਸ਼ਮਣ ਉਹਨਾਂ ਦਾ ਹਰ ਸ਼ੇਡ ਜਿਹੜੀ ਹਿੰਦੂਤਵਾਦੀ ਹੈ ਬਲੀਵੀਰ ਔਰ ਨੌਨ ਬਲੀਵੀਰ ਜਦੋਂ ਤੁਸੀਂ ਕਮਿਊਨਿਸਟਾਂ ਦੀ ਗੱਲ ਕਰਦੇ ਹੋ ਨੌਨ ਬਲੀਵੀਰ ਪਰ ਜਿੱਥੇ ਸਿੱਖ ਦਾ ਇਸ਼ੂ ਆ ਜਾਂਦਾ ਹੈ ਉੱਥੇ ਤੁਸੀਂ ਦੇਖੋਗੇ ਕਿ ਸਭ ਉੱਥੇ ਹੀ ਭੁਗਤ ਰਹੇ ਹੁੰਦੇ ਹਨ ਉਹਨਾਂ ਨੂੰ ਐਨਡੀ ਟੀਵੀ ਹੈ ਬਿਸ਼ੱਕ ਕਿਸਾਨਾਂ ਦੇ ਮੁੱਦੇ ਤੇ ਰਵੀਸ਼ ਕੁਮਾਰ ਹੈ ਉਹਨਾਂ ਦੇ ਹੋਰ ਜਿਹੜੇ ਇੱਕ ਦੋ ਨੇ ਐਂਕਰ ਉਹ ਕਵਰੇਜ ਕਰਦੇ ਨੇ ਪੋਜ਼ਿਟਿਵ ਅਸੀਂ ਵੀ ਉਸ ਨੂੰ ਐਡਮਾਇਰ ਕਰਦੇ ਹਾਂ ਪਰ ਤੁਸੀਂ ਦੇਖੋਗੇ ਕਿ ਜਦੋਂ ਹੀ ਸਿੱਖ ਮੁੱਦਾ ਆ ਜਾਂਦਾ ਹੈ ਹੁਣ ਉੱਥੇ ਵੀ ਕਿਸਾਨ ਮੁੱਦੇ ਨੂੰ ਲੈ ਕੇ ਉਹਨਾਂ ਦਾ ਐਨਡੀ ਟੀਵੀ ਦਾ ਫੋਕਸ ਟਿਕਰੀ ਬਾਰਡਰ ਤੇ ਹੈ ਉੱਥੇ ਉਹ ਜੋਗਿੰਦਰ ਸਿੰਘ ਉਹ ਗਰਾਹ ਹੈ ਕਿਉਂਕਿ ਉਹ ਕਾਰਡ ਹੋਲਡਰ ਕਮਿਊਨਿਸਟ ਹੈ ਉਹ ਬਿਲਕੁਲ ਜਕਾਰਾ ਨਗਾਰਾ ਧਰਮ ਦੀ ਗੱਲ ਉਸਦੇ ਬਿਲਕੁਲ ਉਲਟ ਜਾ ਕੇ ਉਹ ਬਿਲਕੁਲ ਲੈਫਟਿਸਟ ਨੈਰੇਟਿਵ ਜਿਹੜੇ ਨੇ ਸਿਰਜ ਰਹੇ ਨੇ ਔਰ ਉਹਨਾਂ ਨੇ ਕਿਵੇਂ ਸਿੱਖ ਪੈਸੇ ਨਾਲ ਸਿੱਖ ਜਜ਼ਬਾਤਾਂ ਨਾਲ ਖੜੀ ਇਸ ਮੂਵਮੈਂਟ ਨੂੰ ਆਲਟੀਮੇਟਲੀ ਇੱਕ ਲੈਫਟਿਸਟ ਕੇਲੇ ਦੇ ਵਿੱਚ ਬਦਲ ਦਿੱਤਾ ਹੁਣ ਤੁਸੀਂ ਦੇਖਦੇ ਹੋ ਕਿ ਜੀ ਉਹ ਜਿਹੜੀ ਉਹਨਾਂ ਨੇ ਕਾਲ ਦਿੱਤੀ ਆ ਕਿਸਾਨ ਯੂਨੀਅਨਾਂ ਨੇ ਇੱਕ ਪਾਸੇ ਤਾਂ ਇਹ ਆ ਕਿ 26 ਮਾਰਚ ਨੂੰ ਭਾਰਤ ਬੰਦ ਰੱਖਿਆ ਜਾਏਗਾ ਇਹ ਉਹਨਾਂ ਦੇ ਸਯੁਕਤ ਕਿਸਾਨ ਮੋਰਚੇ ਦਾ ਸਾਂਝਾ ਪ੍ਰੋਗਰਾਮ ਹੈ ਉਸ ਤੋਂ ਪਹਿਲਾਂ 23 ਮਾਰਚ ਨੂੰ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾਏਗਾ 28 ਮਾਰਚ ਨੂੰ ਹੋਲਿਕਾ ਦਾਹਨ ਜਿਹੜਾ ਹੋਲੀ ਦਾ ਦਿਨ ਹੈ ਤਿੰਨ ਕਾਨੂੰਨ ਸਾੜੇ ਜਾਣਗੇ ਪਰ ਨਾਲ ਦੇ ਨਾਲ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜਾ ਟਰੇਡ ਯੂਨੀਅਨਸ ਵੱਲੋਂ ਜਿਹੜਾ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੈ ਔਰ ਪ੍ਰਾਈਵੇਟਾਈਜ਼ੇਸ਼ਨ ਹੈ ਰੇਲਵੇਜ਼ ਦੀ ਜਿਹੜੇ ਉਹਨਾਂ ਨੇ ਕਾਲ ਦਿੱਤੀ ਹੈ ਪ੍ਰੋਟੈਸਟ ਦੀ 15 ਮਾਰਚ ਨੂੰ ਉਹਦੇ 'ਚ ਵੀ ਪਾਰਟਿਸਪੇਟ ਕਰਾਂਗੇ ਸੋ ਜਦੋਂ ਕਿਉਂਕਿ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਸਾਨੂੰ ਬਹੁਤ ਵਾਰ ਰੋਜ਼ ਹੀ ਇਸ ਕਿਸਮ ਦੀਆਂ ਕਾਲਮ ਵੀ ਹੁੰਦੀਆਂ ਨੇ ਕਿ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ ਕੀ ਹੈ ਮੈਂ ਇਹੀ ਕਹਿਣਾ ਚਾਹੁੰਦਾ ਔਰ ਅੱਜ ਦੇ ਅੱਜ ਦੀ ਆਵਾਜ਼ ਆਪਣੇ ਰੇਡੀਓ ਪ੍ਰੋਗਰਾਮ 'ਚ ਵੀ ਮੈਂ ਇਹ ਗੱਲ ਕਹੀ ਕਿ ਕੁਝ ਚੀਜ਼ਾਂ ਬਾਰੇ ਸਾਨੂੰ ਰੀਅਲਿਸਟਿਕ ਹੋਣਾ ਚਾਹੀਦਾ ਹੈ ਬੇਸ਼ੱਕ ਕਈਆਂ ਨੂੰ ਇਸ ਨਾਲ ਥੱਕਾ ਵੀ ਲੱਗਦਾ ਹੈ ਕਿ ਅਸੀਂ ਆਪ ਹੀ ਇੱਕ ਹੋਪ ਕ੍ਰੀਏਟ ਕਰਦੇ ਹਾਂ ਫਿਰ ਅਸੀਂ ਬੇਹੋਪ ਨਹੀਂ ਹੋਣਾ ਚਾਹੁੰਦੇ ਜਾਂ ਅਸੀਂ ਨਿਰਾਸ਼ ਨਹੀਂ ਹੋਣਾ ਚਾਹੁੰਦੇ ਪਰ ਇਹ ਵਾਰ ਜਿਹੜੀ ਹੈ ਇਹ ਪ੍ਰੋਟ੍ਰੈਕਟਿਡ ਐਂਡ ਪੋਲੀਟੀਕਲ ਔਰ ਪੋਲੀਟੀਕਲ ਦਾ ਮਤਲਬ ਇਹ ਹੈ ਕਿ ਵੀ ਲੈਫਟਿਸਤ ਤਰ੍ਹਾਂ ਇਸ ਨੂੰ ਆਲਟੀਮੇਟਲੀ ਹੁਣ ਜੇ ਉਹਨਾਂ ਨੇ ਕਿਹਾ ਜੀ ਪੰਜ ਸਟੇਟਾਂ 'ਚ ਅਸੀਂ ਭਾਜਪਾ ਨੂੰ ਹਰਾਣਾ ਹੈ वेस्ट बंगाल ਜਿਹਨਾਂ ਦੀ ਟੀਮ ਪਹੁੰਚੀ ਹੈ ਫਿਰ ਕਹਿੰਦੇ ਨਹੀਂ ਅਸੀਂ ਸਿਰਫ ਬੀਜੇਪੀ ਨੂੰ ਹਰਾਣਾ ਹੀ ਨਹੀਂ ਅਸੀਂ ਕਿਹਾ ਵੀ ਕਿ ਉਹਨੂੰ ਵੋਟ ਪਾਓ ਹੁਣ ਜੇ ਵੈਸਟ ਬੰਗਾਲ ਚ ਜਾ ਕੇ ਤੁਸੀਂ ਲੈਫਟਿਸਟ ਦਾ ਔਰ ਕਾਂਗਰਸ ਦਾ ਫਰੰਟ ਜਿਹੜਾ ਹੈ ਉਸ ਦੀ ਹਮਾਇਤ ਕਰੋਗੇ ਉਹਨਾਂ ਦੀਆਂ ਸਟੇਜਾਂ 'ਚ ਜਾਂ ਉਹਨਾਂ ਦੇ ਰਿਸੋਰਸਸ ਨਾਲ ਤੁਸੀਂ ਐਡਰੈਸ ਕਰ ਰਹੇ ਹੋ ਤੇ ਇਹ ਤੁਸੀਂ ਕਿਹਦੀ ਮਦਦ ਕਰ ਰਹੇ ਹੋ ਇਨ ਦਾ ਐਂਡ ਕਿਉਂਕਿ ਉੱਥੇ ਡਾਇਰੈਕਟ ਟੱਕਰ ਤਾਂ ਜਿਹੜੀ ਹੈ ਉਹ ਮਮਤਾ ਬੇਨਰਜੀ ਔਰ ਬੀਜੇਪੀ ਦੀ ਹੈ ਔਰ ਆਜੂ ਮੰਤਾ ਬਨ ਅਰਜੀ ਨੰਦੀਗ੍ਰਾਮ ਚੋਂ ਨੇ ਕੀਤਾ ਹਸਪੀਟਲ ਬੈੱਡ ਤੋਂ ਸੀ ਉਹਦੀ ਪਿਕਚਰ ਕਿ ਬਈ ਉਹ ਜਦੋਂ ਆਪਣੀ ਕਾਰ ਦੇ ਦਰਵਾਜ਼ੇ ਦੇ ਕੋਲ ਸੀ ਕਿਵੇਂ ਉਹਦੇ ਤੇ ਹਿੰਦੂਤਵੀਆਂ ਨੇ ਅਟੈਕ ਵੀ ਕੀਤਾ ਉਹਦੀ ਲੱਤ ਤੇ ਜਿਹੜਾ ਉਹ ਸੱਟ ਲੱਗੀ ਹੈ ਔਰ ਦੂਸਰਾ ਹੁਣ ਉੱਥੇ ਜਾ ਕੇ ਇਸ ਕਿਸਮ ਦਾ ਮਤਲਬ ਹੈ ਕਿ ਤੁਸੀਂ ਭਾਜਪਾ ਦੀ ਮਦਦ ਕਰ ਰਹੇ ਹੋ ਰੇ ਟ੍ਰੈਂਡ ਅਸੀਂ ਪੰਜਾਬ ਦੇ ਵਿੱਚ ਇਹ ਲੈਫਟਿਸਟ ਦੀ ਜੜ੍ਹ ਪੁੱਟੀ ਗਈ ਸੀ ਕਿਉਂਕਿ ਇਹ ਫਲਸਫਾ ਮੱਚ ਮੋਰ ਇਹਨਾਂ ਨੇ ਤਾਂ ਖਾਰਿਸਤਾਨ ਦੇ ਖਿਲਾਫ ਵੀ ਲੜਾਈ ਜਿਹੜੀ ਹੈ ਸਰਕਾਰ ਦੇ ਹੱਥ ਟੋਕੇ ਬਣ ਕੇ ਲੜੀ ਹੈ ਮੁਖਬਰੀਆਂ ਕੀਤੀਆਂ ਨੇ ਸਾਡੇ ਮੁੰਡੇ ਮਰਵਾਏ ਨੇ ਭਾਈ ਮਨਵੀਰ ਸਿੰਘ ਚਿਹੜੂ ਦੇ ਪਿਤਾ ਜੀ ਉਹਨਾਂ ਦੀ ਨੂੰ ਸ਼ਹੀਦ ਕਰਵਾਇਆ ਔਰ ਇੱਕ ਜਾਲੀ ਜਈ ਕਾਮਰੇਡਾਂ ਦੀ ਸੰਸਥਾ ਸ਼ਹੀਦ ਭਗਤ ਸਿੰਘ ਬ੍ਰਿਗੇਡ ਬਣਾਈ ਹੋਈ ਸੀ ਕਰਨਲ ਘੁੰਮਣ ਜਲੰਧਰ ਦੇ ਵਿੱਚ ਮਾਲਟਾਉਂ ਦੀ ਉਹਨਾਂ ਦੀ ਕੋਠੀ 'ਚ ਉਹਨਾਂ ਦਾ ਮਰਡਰ ਕੀਤਾ ਉਹ ਵੀ ਖਾਲਸਤਾਨੀ ਐਕਟਿਵਿਸਟ ਸੀ ਔਰ ਜੂਨ 84 ਤੋਂ ਬਾਅਦ ਸੰਗਰੂਰ ਜੇਲ੍ਹ ਦੇ ਵਿੱਚ ਰਹਿ ਹੁਣ ਤੁਸੀਂ ਇੱਕ ਨਾਕਸ ਔਰ ਮੁਰਦਹਾਨ ਆਈਡੀਓਲੋਜੀ ਵਾਲੀ ਲੀਡਰਸ਼ਿਪ ਨੂੰ ਰੱਖ ਕੇ ਸਾਹਮਣੇ ਤੁਸੀਂ ਕਹੋ ਜੀ ਅਸੀਂ ਲੜਾਈ ਜਿੱਤਣੀ ਹੈ ਲੜਾਈ ਨਹੀਂ ਜਿੱਤੇ ਲੇਕਿਨ ਇਸ ਦੇ ਬਾਵਜੂਦ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਸਤਿਆਂ ਪ੍ਰਾਪਤੀਆਂ ਨੇ ਅਜੇ ਵੀ ਇਸ ਗੱਲ ਦੇ ਉੱਤੇ ਫੋਕਸ ਰਹਿਣਾ ਚਾਹੀਦਾ ਕਿਉਂਕਿ ਜੇ ਇਹ ਲੜਾਈ ਦੇ ਵਿੱਚ ਹਿੰਦੂਤਵੀ ਤਾਕਤਾਂ ਹਾਵੀ ਰਹਿੰਦੀਆਂ ਨੇ ਤੇ ਇਹਦਾ ਮਤਲਬ ਹੋਏਗਾ ਕਿ ਅਗਲੇ 10 ਸਾਲ 15 ਸਾਲ 20 ਸਾਲ ਰਾਦਰ ਫਿਰ ਸਾਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਵੀ ਪੰਜਾਬ ਦੇ ਵਿੱਚ ਕੋਈ ਹੋਰ ਚੈਲੰਜ ਵਾਲੀ ਲਹਿਰ ਖੜੀ ਹੋਏਗੀ ਕਿਉਂਕਿ ਇਹ ਇੱਕ ਸਾਈਕਲ ਹੁੰਦਾ ਹੈ ਜੇ 1980ਆਂ ਦੇ ਬਿਗਨਿੰਗ ਦੇ ਵਿੱਚ ਇੱਕ ਅਵੇਅਰਨੈਸ ਆਈ ਸੰਤ ਪਿੰਡਰਾ ਵਾਲੇ ਸਟੇਜ ਤੇ ਉਭਰੇ ਜੂਨ 84 ਦਾ ਘੱਲੂਕਾਰਾ ਹੋਇਆ ਨਵੰਬਰ 84 ਦੀ ਨਸਲ ਕੁਸ਼ੀ ਹੋਈ ਉਹਦੀ ਸਪਿੰਨ ਇੰਨੀ ਜ਼ੋਰਦਾਰ ਖਾਲਸਤਾਨ ਦੀ ਔਰ ਸਿੱਖ ਰੋਹ ਦੀ ਸੀ ਕਿ ਅਗਲੇ 10-11 ਸਾਲ ਪੰਜਾਬ ਚੋਂ ਜਿਹੜਾ ਭਾਰਤੀ ਹਕੂਮਤ ਦੀ ਸਫਵਲਟਣ ਵਾਲੀ ਗੱਲ ਸੀ ਜਿਹੜਾ ਹਰੂ ਸਿੰਘਾਂ ਦਾ ਲਫ਼ਜ਼ ਜਿਹੜਾ ਹੈ ਉਹ ਕਾਨੂੰਨ ਸੀ ਮੌਕੇ ਦਾ ਪਰ ਜਿਵੇਂ ਉਹਨਾਂ ਨੇ ਕੁਸਪੈਟ ਕੀਤੀ ਜਿਵੇਂ ਜਾਲੀ ਜਿਹੜਾ ਹਰੂ ਬਣਾ ਕੇ ਉਹਨਾਂ ਤੋਂ ਜਿਹੜੀਆਂ ਨੇ ਉਹ ਵਧੀਕੀਆਂ ਕਰਵਾਈਆਂ ਔਰ ਫਿਰ 1992 ਤੋਂ 1994 ਤੱਕ 50 ਹਜ਼ਾਰ ਸਿੱਖ ਨੌਜਵਾਨ ਕੇਪੀ ਗਿੱਲ ਔਰ ਬੈਂਤੇ ਦੀ ਟੀਮ ਨੇ ਮਾਰ ਮੁਕਾਇਆ ਔਰ 94 95 ਤੱਕ ਪਹੁੰਚਦੇ ਹਨ ਇੱਕ ਡੀਫੀਟਿਸਟ ਫੀਲਿੰਗ ਦੇ ਵਿੱਚ ਬਾਕੀ ਜਿਹੜੇ ਅਗਲੀ ਜਨਰੇਸ਼ਨ ਸੀ ਉਹ ਚਲੀ ਗਈ ਕਿ ਅੱਛਾ ਸਾਡੇ ਨਾਲ ਇਵੇਂ ਹੋਇਆ ਔਰ ਉਸ ਪੀਰੀਅਡ ਚ ਉਹਨਾਂ ਨੇ ਡਰੱਗਸ ਲੈ ਆਂਦੀਆਂ ਦੂਜਾ ਥਰੋ ਕੀਤਾ ਔਰ ਫਿਰ ਇੱਕ ਮਾਈਗ੍ਰੇਸ਼ਨ ਦੀ ਵੇਵ ਜਦੋਂ ਤੱਕ 2000 ਨਵਾਂ ਮਿਲੇਨੀਅਮ ਸ਼ੁਰੂ ਹੁੰਦਾ ਸ਼ੁਰੂ ਹੋ ਜਾਂਦੇ ਹੁਣ ਆਲਮੋਸਟ ਅਸੀਂ ਦੇਖ ਰਹੇ ਹਾਂ ਕਿ 20-25 ਸਾਲ ਦੇ ਗੈਪ ਤੋਂ ਬਾਅਦ ਜੀ ਬੇਸ਼ੱਕ ਇਨ ਬਿਟਵੀਨ ਸਪਾਰਕਸ ਆਈਆਂ 2012 ਚ ਬਲਵੰਤ ਸਿੰਘ ਰਾਜੋ ਆਣੇ ਦੇ ਜਦੋਂ ਬਲੈਕ ਵਾਰੰਟ ਜਾਰੀ ਹੋਏ ਕੌਮ ਖਲੋਤੀ ਉਹ ਵਾਪਸ ਲੈਣੇ ਪਏ 2015 ਚ ਉਹਨਾਂ ਨੇ ਫਰਦਰ ਟੈਸਟ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਉਸ ਦੇ ਨਾਲ ਸਰਬੱਤ ਖਾਲਸਾ ਜਿਹੜਾ ਚੱਬੇ 'ਚ ਹੁੰਦਾ ਚਾਰ ਪੰਜ ਲੱਖ ਸਿੱਖ ਪਹੁੰਚ ਜਾਂਦੇ ਨੇ ਇਹ ਵੀ ਉਹਨਾਂ ਨੇ ਦੇਖਿਆ ਵੀ ਪਰ ਉਹ ਵੀ ਕਿਸੇ ਅਸਲੀ ਮੂਵਮੈਂਟ 'ਚ ਕਨਵਰਟ ਨਹੀਂ ਕਰ ਸਕੇ ਫਿਰ 2018 ਤੱਕ ਪਹੁੰਚਦੇ ਆ ਬਰਗਾੜੀ ਦਾ ਮੋਰਚਾ ਲੱਗਦਾ ਗੁਰੂ ਗ੍ਰੰਥ ਸਾਹਿਬ ਦੀ 8-9 ਮਹੀਨੇ ਚੱਲਦਾ ਲੱਖਾਂ ਸਿੱਖ ਜਿਹੜੇ ਨੇ ਪਹੁੰਚਦੇ ਨੇ ਬਟ ਇਵੈਂਚੁਅਲੀ ਉਹ ਵੀ ਫੁੱਸਕੋ ਜਾਂਦਾ ਹੈ ਕੰਮ ਔਰ ਫਿਰ ਇੱਕ ਫਰਸਟ੍ਰੇਸ਼ਨ ਦਾ ਦੌਰ ਸ਼ੁਰੂ ਹੋਣ ਅਗੇਨ ਆਲਮੋਸਟ 2.5 ਸਾਲ ਬਾਅਦ 2020 ਚ ਅਸੀਂ ਦੇਖਦੇ ਕਿ ਕਿਸਾਨ ਲਹਿਰ ਇੱਕ ਯੂਨੀਫਾਈਂਗ ਫੋਰਸ ਬਣੀ ਹੈ ਪੰਜਾਬ ਦੀ ਨੌਜਵਾਨੀ ਬਾਹਰ ਡਾਇਸਪੋਰਾ ਸਾਡੇ ਪ੍ਰੈਸ਼ਰ ਗਰੁੱਪ ਚਾਰਜ ਅਫੇਰੇ ਔਰ ਜਿਵੇਂ ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ ਸਾਡੇ ਲਈ ਅੱਜ ਵੀ ਮਤਲਬ ਦਿਲ ਸਾਡਾ ਉੱਥੇ ਹੀ ਟੜਕਦਾ ਹੈ ਸਾਡੇ ਕਿਸਾਨ ਭੈਣਾ ਭਰਾਵਾਂ ਨਾਲ 200 ਤੋਂ ਜ਼ਿਆਦਾ ਜਿਹੜੇ ਹੁੰਦਾ 300 ਦੇ ਨੇੜੇ ਪਹੁੰਚਣ ਵਾਲੀਆਂ ਨੇ ਸ਼ਹੀਦੀਆਂ ਉਹ ਹੋ ਚੁੱਕੀਆਂ ਨੇ ਕਿਵੇਂ ਬੀਬੀਆਂ ਬੱਚੇ ਉਹ ਸਾਰੇ ਚ ਔਰ ਇਹ ਪਰ ਜੇ ਅਸੀਂ ਅੰਨਾ ਵਿਸ਼ਵਾਸ ਕਰਕੇ ਜਿਹੜੇ ਨੇ ਅੱਗੇ ਇਹਨਾਂ ਦੇ ਪਿੱਛੇ ਹੀ ਲੱਗੇ ਰਹਾਂਗੇ ਤੇ ਇਹ ਫਿਰ ਉਹ ਜਿਹਨੂੰ ਪਾਕਿਸਤਾਨੀ ਐਂਕਰ ਇਸਤੇਮਾਲ ਕਰ ਦਿੰਦੇ ਨੇ ਟਰੱਕ ਦੀ ਬੱਤੀ ਦੇ ਮਗਰ ਲੱਗਣਾ ਕਿ ਵੀ ਹੁਣ ਜੇ ਤੁਸੀਂ ਟਰੱਕ ਦੀ ਬੱਤੀ ਦੇ ਮਗਰ ਲੱਗਦੇ ਹੋ ਕਿ ਪਾਈਏ ਤੁਹਾਡੀ ਮੰਜ਼ਲ ਹੈ ਤੇ ਫਿਰ ਜਿਹੜਾ ਪਾਰਟ ਹੈ ਉਹ ਕਿੱਥੇ ਨਹੀਂ ਜਾਏਗਾ ਔਰ ਫਿਰ ਜਿਹੜੀ ਇਸ ਚੋਂ ਇਮੋਸ਼ਨਲੀ ਅਸੀਂ ਡਰੇਨ ਆਊਟ ਹੋ ਰਹੇ ਹਾਂ ਫਾਈਨੈਂਸ਼ੀਅਲ ਰਿਸੋਰਸਸ ਸਾਡੇ ਲੱਗ ਰਹੇ ਨੇ ਤੇ ਜੇ ਇਸ ਚ ਅਸੀਂ ਡਿੱਗਦੇ ਹਾਂ ਫਿਰ ਲੈਟ ਵੀ ਫੋਰਗੇਟ ਫॉर द ਨੈਕਸਟ 20 ਇਅਰਸ ਕਿ ਵੀ ਅਸੀਂ ਦੁਬਾਰਾ ਖਲੋ ਸਕਾਂਗੇ ਔਰ ਫਿਰ ਹਿੰਦੂ ਤਵੀਆਂ ਨੂੰ ਰੋਕਣ ਵਾਲਾ ਕੋਈ ਨਹੀਂ ਹੋਏਗਾ ਇਹ ਮੈਂ ਰੀਅਲਿਸਟਿਕ ਪਹੁੰਚ ਦਿੱਤੀ ਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਗਿਵ ਅਪ ਕਰ ਦਿੱਤਾ ਔਰ ਜਿਵੇਂ ਇੰਟਰਨੈਸ਼ਨਲੀ ਅਸੀਂ ਦੇਖ ਰਹੇ ਹਾਂ ਸਾਡੀ ਤਾਕਤ ਚਾਰ ਚਫੇਰੇ ਨਜ਼ਰ ਆ ਰਹੀ ਹੈ ਔਰ ਇਸ ਸਾਰੇ ਚ ਗੇਮਾ ਹਕੂਮਤ ਵੱਲੋਂ ਤਾਂ ਖੇਡੀਆਂ ਜਾ ਰਹੀਆਂ ਨੇ ਜਿਵੇਂ ਅਸੀਂ ਇਹ ਦੇਖਿਆ ਸੀ ਕਿ ਕਿਵੇਂ ਪਿਛਲੇ ਦਿਨਾਂ ਚ ਅੰਬਾਨੀ ਦੇ ਘਰ ਦੇ ਬਾਹਰ ਮੁੰਬਈ ਦੇ ਵਿੱਚ ਇਹ ਕਿਹਾ ਗਿਆ ਕਿ ਜੀ ਇੱਕ ਗੱਡੀ ਮਿਲੀ ਹੈ ਉਹਦੇ ਚ ਜੈਲਾਟਿਨ ਸਟਿਕਸ ਸੀ ਉਹਦੇ ਚੋਂ ਟ੍ਰਿਗਰ ਕਰਨ ਵਾਲੇ ਸੀ ਇਹ ਵੋ ਸੀ ਫਿਰ ਆਇਆ ਜੀ ਕਿ ਉਹ ਸਪਾਟ ਹੋ ਗਈ ਫੜ ਲਿਆ ਫਿਰ ਆਇਆ ਜੀ ਕਿ ਉਹਦਾ ਜਿਹੜਾ ਮਾਲਕ ਹੈ ਉਸ ਗੱਡੀ ਦਾ ਆਟੋ ਡਰਾਈਵਰ ਮਨਸੂਖ ਹੀਰਾਨ ਜੀ ਉਹ ਲੋਕੇਟ ਹੋ ਗਿਆ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਖਬਰ ਆਈ ਕਿ ਜੀ ਇਹ ਜਿਹੜਾ ਆਟੋਪਾਰਟ ਡੀਲਰ ਸੀ ਮਨਸੂਖ ਹੀਰਾਨ ਉਸ ਦੀ ਡੈੱਡ ਬੋਡੀ ਮਿਲੀ ਹੈ ਜੀ ਉਹਨੂੰ ਹਾਲਾਂ ਮਹਾਰਾਸ਼ਟra ਦਾ ਬੜਾ ਪਾਵਰਫੁਲ ਐਟਐਸ ਐਂਟਾਈ ਟੈਰਰਿਸਟ ਸਕਵਾਡ ਹੈ ਔਰ ਬਹੁਤਿਆਂ ਨੂੰ ਸ਼ਾਇਦ ਉਹਨ ਭੁੱਲ ਪਲ ਗਿਆ ਹੋਵੇਗਾ ਕਿ ਇਸੇ ਐਂਟਾਈ ਟੈਰਰਿਸਟ ਸਕਵਾਡ ਦਾ ਹਿਮੰਤ ਕਾਰਕਰ ਹੈ ਜਨੇ ਮੁੰਬਈ ਦੇ ਹਵਾਲੇ ਨਾਲ ਜਦੋਂ ਉਹਨੂੰ ਮਾਰ ਮੁਕਾਇਆ ਗਿਆ ਹਮੰਦਕਾਰ ਕਰੇ ਨੂੰ ਹੈਡ ਸੀ ਲੇਕਨ ਉਹੀ ਹਮੰਦਕਾਰ ਕਰੇ ਸੀ ਜਨੇ ਸਮਝੌਤਾ ਐਕਸਪ੍ਰੈਸ ਹੋਏ ਉਹ ਹైదరాబాద్ ਬੰਬ ਤਮਾਕੇ ਹੋਣ ਮਾਲੇਗਾਉਂ ਦੇ ਤਮਾਕੇ ਹੋਣ ਇਹਨਾਂ ਸਾਰਿਆਂ ਦੇ ਲਈ ਉਹਨੇ ਕਿਹਾ ਸੀ ਕਿ ਭਾਈ ਇਹ ਜਿਹੜੀ ਇਹਨਾਂ ਦੀ ਅਭਿਨਵ ਸੈਨਾ ਆਰਐਸਐਸ ਦੀ ਆਊਟਫਿਟ ਹੈ ਜਿਹਦੇ ਚ ਪ੍ਰਗਿਆ ਠਾਕਰ ਔਰ ਕਰਨਲ ਜਿਹੜਾ ਫੜਿਆ ਗਿਆ ਸੀ ਇਹ ਸਾਰੇ ਦੇ ਵਿੱਚ ਇਹ ਸਾਰੇ ਨੂੰ ਉਹਨੇ ਹੀ ਐਕਸਪੋਜ਼ ਕੀਤਾ ਸੀ ਐਂਡ ਇਵੈਂਚੁਅਲੀ ਉਹਦਾ ਮਰਡਰ ਕਰ ਦਿੱਤਾ ਸੀ ਇਸ ਬਹਾਨੇ ਨਾਲ ਕਿ ਜੀ ਉਹਨੂੰ ਜਿਹੜੇ ਉਹ ਮੁੰਬਈ 'ਚ ਜਿਹਨਾਂ ਨੇ ਤਮਾਕੇ ਕੀਤੇ ਕਸਾਬ ਔਰ ਦੂਸਰੇ ਉਹਨਾਂ ਨੇ ਮਾਰ ਦਿੱਤਾ ਹਾਲਾਂ ਉਹ ਡਿਊਟੀ ਤੇ ਵੀ ਨਹੀਂ ਸੀ ਔਰ ਉਹਨੂੰ ਇਹਨਾਂ ਨੇ ਮੌਕਾਇਆ ਕਿਉਂਕਿ ਉਹਨੇ ਸਾਰੀਆਂ ਪਰਤਾਂ ਖੋਲ੍ਹ ਦਿੱਤੀਆਂ ਸੀ ਔਰ ਉਦੋਂ ਪਹਿਲੀ ਵਾਰ ਸੀ ਕਿ ਇੰਡੀਅਨ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਭਾਈ ਇਹ ਭਗਵਾ دہشتਗਰਦੀ ਹਿੰਦੂ ਤੋਂ ਹਿੰਦੂ ਤਵਾ دہشت گرد ਦੀ ਕਿਉਂਕਿ ਇਸਲਾਮਿਕ ਟੈਰੋਰਿਜ਼ਮ ਤੇ ਇਹ ਉਹ ਸਾਰੇ ਇਸਤੇਮਾਲ ਸੋ ਇਸ ਸਾਰੇ ਨੇ ਇਹਨਾਂ ਨੂੰ ਨਰਵਸ ਕਰ ਦਿੱਤਾ ਸੀ ਔਰ ਇਹ ਏਟੀਐਸ ਹੁਣ ਵੀ ਤੈ ਤੱਕ ਪਹੁੰਚਣ ਵਾਲਾ ਸੀ ਵੀ ਇਹ ਸਾਰੀ ਕੀ ਸਾਜ਼ਿਸ਼ ਹੈ ਤੇ ਅਚਾਨਕ ਸੈਂਟਰ ਗਵਰਨਮੈਂਟ ਨੇ ਕਿਹਾ ਜੀ ਨਹੀਂ 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 ਇਹ ਜਿਹੜੀ ਨੈਸ਼ਨਲ ਇਨਵੈਸਟਿਗੇਟਿਵ ਏਜੰਸੀ ਹੈ ਐਨਆਈਏ ਇਹ ਹੁਣ ਜਿਹੜੀ ਇਹ ਸਾਰੀ ਇਨਵੈਸਟਿਗੇਸ਼ਨ ਨੂੰ ਆਪਣੇ ਹੱਥ ਕਿਉਂਕਿ ਮਹਾਰਾਸ਼ਟਰ ਚ ਬੇਸ਼ੱਕ ਸ਼ਿਵ ਸੈਨਾ ਦੀ ਸਰਕਾਰ ਹੈ ਜਿਹੜੀ ਇਹਨਾਂ ਦੀ ਅਲਾਈ ਰਹੀ ਹੈ ਪਰ ਹੁਣ ਉਹ ਇਹਨਾਂ ਦੀ ਟਿਊਨ ਤੇ ਡਾਂਸ ਨਹੀਂ ਕਰਦੇ ਆਪਣੇ ਨਾਲ ਇਹਨਾਂ ਨੇ ਕਿਹਾ ਜੀ ਹੁਣ NIA ਇਨਵੈਸਟੀਗੇਟ ਕਰੇਗੀ ਅਸੀਂ ਰਿਪੋਰਟ ਰੀ-ਰਜਿਸਟਰ ਕਰਾਂਗੇ ਔਰ ਮਿਸਟਰ ਠਾਕਰੇ ਉਧਰ ਠਾਕਰੇ ਨੇ ਕਿਹਾ ਕਿ ਸਮਥਿੰਗ ਫਿਸ਼ੀ ਠਾਕਰੇ অন NIA ਟੇਕਿੰਗ ਓਵਰ ਪ੍ਰੋਬ ਆਫ ਵਹੀਕਲ ਲੇਡਨ ਵਿਦ ਐਕਸਪਲੋਸਿਵਸ ਬੀਇੰਗ ਫਾਊਂਡ ਨੀਅਰ ਅਮਬਾਨੀਜ਼ ਰੈਜ਼ਿਡੈਂਸ ਠਾਕਰੇ ਸੈਡ ਗਵਰਨਮੈਂਟਸ ਕਮੈਂਟ ਗੋ ਬਟ ਦਾ ਅਫੀਸ਼ੀਅਲ ਐਡਮਿਨਿਸਟ੍ਰੇਟਿਵ ਮਸ਼ੀਨਰੀ ਰਿਮੇਨਸ ਦਾ ਸੇਮ ਐਂਡ ਵਨ ਈਜ਼ ਟੂ ਟਰਸਟਡ ਉਹਨੇ ਕਿਹਾ ਜੀ ਸਾਡੇ ਕੋਲ ਅਸੀਂ ਇਨਵੈਸਟੀਗੇਟ ਕਰ ਰਹੇ ਸੀ ਅਚਾਨਕ ਕੀ ਹੋਇਆ ਦਾ ਮਤਲਬ ਇਹ ਹੈ ਵੀ ਇਹ ਜਦੋਂ ਉਹਨੇ ਹੀ ਕਹਿਤਾ ਵੀ ਫਿਸ਼ੀ ਹੈ ਸੋ ਜ਼ਾਹਰ ਹੈ ਵੀ ਇਹ ਸਾਰਾ ਫਿਸ਼ੀ ਪਾਰਟ ਸਾਹਮਣੇ ਚੱਲ ਰਿਹਾ ਔਰ ਅਸੀਂ ਕੱਲ ਦੱਸਿਆ ਵੀ ਕਿਵੇਂ ਜਿਹੜੇ ਪੰਜਾਬ ਚ ਆਵਾਜ਼ ਉਠਾਣ ਵਾਲੇ ਨੇ ਸੁਖਪਾਲ ਖੈਰ ਕਿਵੇਂ ਉਹਨਾਂ ਦੇ ਅਗੇਂਸਟ ਰੇਡ ਚਾਰਜ ਫੇਰੇ ਔਰ ਪੰਜਾਬ ਅਸੈਂਬਲੀ ਦਾ ਸੈਸ਼ਨ ਚੱਲ ਰਿਹਾ ਸੀ ਉਹਨੂੰ ਉੱਥੇ ਵੀ ਜਾਣ ਤੇ ਰੋਕਿਆ ਗਿਆ ਕਿਉਂਕਿ ਉਹਨਾਂ ਦੇ ਘਰ ਚਾਰਜ ਫੇਰੇ ਚਾਰ ਪੰਜ ਥਾਵਾਂ ਤੇ ਰੇਡ ਉਹਨਾਂ ਦੇ ਅੰਕਲ ਦੇ ਘਰ ਵੀ ਔਰ ਇੱਕ ਕੰਮ ਚੰਗਾ ਕੀਤਾ ਪੰਜਾਬ اسمبلی ਨੇ ਕਿ ਉਹਨਾਂ ਨੇ ਐਨਫੋਰਸਮੈਂਟ ਡਾਇਰੈਕਟਰ ਨੂੰ ਕੰਡੈਮ ਕੀਤਾ ਸੁਖਪਾਲ ਖਹਿਰੇ ਦੇ ਉਸ ਸਾਰੇ ਰੇਡਸ ਲਈ ਔਰ ਖਾਸ ਤੌਰ ਤੇ ਉਹਨੂੰ ਅਬਸਟ੍ਰੈਕਟ ਕਰਨ ਲਈ ਕਿ ਉਹ ਅਸੈਂਬਲੀ ਸੈਸ਼ਨ ਜੁਆਇਨ ਨਾ ਕਰ ਸਕੇ ਔਰ ਇਸੇ ਤਰ੍ਹਾਂ ਕੱਲਾ ਇਹ ਨਹੀਂ ਹੈ ਉੱਥੇ ਬੈਠੇ ਇਹਨਾਂ ਦੇ ਭਾਜਪੀ ਦੇ ਜਿਹੜੇ ਟੁਚੇ ਨੇ ਔਰ ਇਹਨਾਂ ਇਸ ਕਿਸਮ ਦੇ ਟੁਚਿਆਂ ਚ ਪੰਜਾਬ ਦੇ ਵਿੱਚ ਹਰਜੀਤ ਗਰੇਵਾਲ ਨਾਂ ਦਾ ਇੱਕ ਵੱਡਾ ਟੁਚਾ ਹੈ ਉਹਨੂੰ ਉਨੇ ਪਿਛਲੇ ਦਿਨਾਂ ਚ ਕਿਹਾ ਕਿ ਕੇ ਜੀ ਇਹ ਜਿਹੜਾ ਐਸਜੀਪੀਸੀ ਫਾਰਮਰਸ ਲਈ ਉਹ ਕਹਿ ਰਹੀ ਹੈ ਜੀ ਗਰਮੀਆਂ ਆ ਗਈਆਂ ਅਸੀਂ ਉੱਥੇ ਕੂਲਰ ਲਾਵਾਂਗੇ ਅਸੀਂ ਟੈਂਟ ਲਾਵਾਂਗੇ ਇਹ ਠੀਕ ਨਹੀਂ ਹੈ ਇਹ ਤਾਂ ਐਸਜੀਪੀਸੀ ਦਾ ਕੰਮ ਗੁਰਦੁਆਰਿਆਂ ਦੀ ਮੈਨੇਜਮੈਂਟ ਹੈ ਰਿਲੀਜੀਅਸ ਬਾਡੀ ਹੈ ਔਰ ਇਹ ਫਾਰਮਰਸ ਦੀ ਐਜੀਟੇਸ਼ਨ ਚ ਆਣ ਦੇ ਨਾਲ ਜਿਹਦੇ ਚ ਕਿ ਸਾਰੇ ਧਰਮਾਂ ਦੇ ਲੋਕ ਨੇ ਐਸਜੀਪੀਸੀ ਜਿਹੜੀ ਹੈ ਗੁਰਦੁਆਰਾ ਐਕਟ ਨੂੰ ਫਲਾਊਟ ਕਰ ਰਹੀ ਹੈ ਔਰ ਇਸ ਦੇ ਜਵਾਬ ਚ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਦੀ ਚੰਗੀ ਝਾੜ-ਚੰਬ ਕੀਤੀ ਹੈ ਤੁਹਾਨੂੰ ਕਿਹਾ ਵੀ ਸ਼੍ਰੋਮਣੀ ਕਮੇਟੀ ਨੂੰ ਪਤਾ ਹੈ ਵੀ ਉਹਦੇ ਫਰਜ਼ ਕੀ ਨੇ ਔਰ ਇਹ ਸ਼੍ਰੋਮਣੀ ਕਮੇਟੀ ਔਰ ਸਿੱਖ ਐਥੋਸ ਜਿਹੜੀਆਂ ਨੇ ਉਹ ਗੁਰੂ ਸਾਹਿਬ ਆਲਵੇਜ਼ ਗੇਵ ਪ੍ਰਾਇੋਰਟੀ ਟੂ ਸਰਵ ਹਿਊਮੈਨਿਟੀ ਐਂਡ ਟੌਟ ਅਸ ਟੂ ਸਟੈਂਡ ਫਾਰ ਦ ਸੋਸਾਇਟੀ ਕਿ ਇਹ ਸਾਡੇ ਮੁਢਲੇ ਫਰਜ਼ਾਂ ਚ ਹੈ ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਨੇ ਉੱਥੇ ਉਹਨਾਂ ਨੇ ਆਪਣੇ ਟੁਚੇ ਛੱਡੇ ਹੋਏ ਨੇ ਔਰ ਕੱਲ ਜਿੱਥੇ ਅਸੀਂ ਇਹ ਗੱਲ ਕੀਤੀ ਸੀ ਕਿ ਕਿਵੇਂ ਆ ਯੂਕੇ ਦੀ ਪਾਰਲੀਮੈਂਟ ਨੇ 90 ਮਿੰਟ ਦੀ ਡਿਸਕਸ਼ਨ ਦੇ ਵਿੱਚ ਭਾਰਤ ਨੂੰ ਚੰਗੀ ਤਰ੍ਹਾਂ ਉਸ ਦਾ ਹਿਊਮਨ ਰਾਈਟਸ ਰੈਕੋਰਡ ਔਰ ਦੂਸਰਾ ਉਸ ਨੂੰ ਐਕਸਪੋਜ਼ ਕੀਤਾ ਉਹਦੇ ਵਿੱਚ ਮੈਂ ਇਹ ਡਿਸਕਸ ਨਹੀਂ ਸੀ ਕਰ ਸਕਿਆ ਕਿ ਇੰਗਲੈਂਡ ਦੇ ਜਿਵੇਂ ਯੂਕੇ ਦਾ ਪਾਰਲੀਮੈਂਟ ਹੈ ਜਿਹਨੂੰ ਹਾਊਸ ਆਫ ਕਾਮਨਸ ਕਹਿੰਦੇ ਨੇ ਔਰ ਇੱਕ ਇਹਦਾ ਹਾਊਸ ਆਫ ਲਾਰਡਸ ਹੈ ਅੱਛਾ ਔਰ ਹਾਊਸ ਆਫ ਲਾਰਡ ਦੇ ਵਿੱਚ ਜਿਹੜਾ ਲਾਰਡ ਬਣਦਾ ਉਹ ਲਾਈਫ ਟਰਮ ਟਾਈਮ ਹੁੰਦਾ ਹੈ ਔਰ ਇਸੇ ਕੌਮ ਲਈ ਆਨਰ ਦੀ ਗੱਲ ਸੀ ਕਿ ਇੰਦਰਜੀਤ ਸਿੰਘ ਜਿਹੜੇ ਕਿਸੇ ਕਦੇ ਮੈਸੈਂਜਰ ਅਖਬਾਰ ਵੀ ਉੱਥੋਂ ਕੱਢਦੇ ਸੀ ਹੁਣ ਉਹਨਾਂ ਦੀ ਉਮਰ 88 ਸਾਲ ਦੀ ਹੈ ਕੁਝ ਸਾਲ ਤੋਂ ਉਹਨਾਂ ਨੂੰ ਲਾਰਡ ਦੇ ਤੌਰ ਦੇ ਉੱਤੇ ਨਾਮਿਨੇਟ ਕੀਤਾ ਹੋਇਆ ਔਰ ਉਹਨਾਂ ਨੇ ਇਸ ਹੀアリング ਤੋਂ ਪਹਿਲਾਂ ਵੀ ਜਦੋਂ ਕਿ ਇਹਨਾਂ ਦੀ MP ਉਹਨਾਂ ਨੇ ਭਾਰਤ ਨੂੰ ਸਲੈਮ ਕੀਤਾ ਔਰ ਉਹਨਾਂ ਨੇ ਇਵਨ ਯੂਨਾਈਟਿਡ ਨੇਸ਼ਨਸ ਨੂੰ ਔਰ ਦੂਸਰਿਆਂ ਨੂੰ ਵੀ ਜਿਹੜਾ ਉਹ ਚਿੱਠੀਆਂ ਲਿਖੀਆਂ ਨੇ ਔਰ ਉਹਨਾਂ ਦੀ ਜਿਹੜੀ ਮੰਗ ਹੈ ਉਹ ਇਹੀ ਹੈ ਕਿ ਯੂਕੇ ਸਿਕ اور ਇਹ ਖਬਰ ਹੈ ਮੇਜਰ ਯੂਕੇ ਸਿਕ ਪੀਅਰ ਕਾਲਸ ਫॉर ਯੂਨ ਆਬਜ਼ਰਵਰਸ ਟੂ ਮੋਨਿਟਰ ਡੈਲੀ ਪ੍ਰੋਟੈਸਟ ਸਾਈਟਸ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਯੂनाइटेड ਨੇਸ਼ਨਸ ਆਪਣੇ ਆਬਜ਼ਰਵਰ ਭੇਜੇ ਜਿਹੜੇ ਪ੍ਰੋਟੈਸਟ ਸਾਈਟ ਨੇ ਤਿੰਨੋਂ ਹੀ ਗਾਜ਼ੀਪੁਰ ਟਿਕਰੀ ਔਰ ਸਿੰਘੂ ਕਿਉਂਕਿ ਜਿਹੜਾ ਭਾਰਤ ਦੀ ਜਿਹੜੀ ਹਕੂਮਤ ਉਹਨਾਂ ਦੀ ਪੁਲਿਸ ਜ਼ਬਰ ਕਰ ਰਹੀ ਹੈ ਉਹਨਾਂ ਨੇ ਉਪਰ ਲੈਟਰ ਜਿਹੜਾ ਯੂਨ ਨੂੰ ਲਿਖਿਆ ਉਹਨਾਂ ਨੇ ਕਿਹਾ ਕਿ ਸੈਂਡ ਫੈਕਟ ਫਾਈਨਡਿੰਗ ਟੀਮ ਟੂ ਇੰਡੀਆ ਇਨ ਆਰਡਰ ਟੂ ਇਨਵੈਸਟੀਗੇਟ ਹਿਊਮਨ ਰਾਈਟਸ ਵਾਇਓਲੇਸ਼ਨਸ ਅਗੇਂਸਟ ਫਾਰਮਰਸ ਐਂਡ ਅਰਜੈਂਟ ਕ੍ਰੀਏਸ਼ਨ ਆਫ ਯੂਨ ਆਬਜ਼ਰਵੇਸ਼ਨ ਪੋਸਟਸ ਐਟ ਥਰੀ ਮੇਨ ਫਾਰਮਰਸ ਪ੍ਰੋਟੈਸਟ ਸਾਈਟਸ ਕਿ ਉੱਥੇ ਯੂਨਾਈਟਿਡ ਨੇਸ਼ਨਸ ਜਿਹੜੀਆਂ ਹੈ ਉਹ ਆਬਜ਼ਰਵੇਸ਼ਨ ਸਾਈਟ ਬਣਾਏ ਨਾਲ ਦੀ ਨਾਲ ਉਹਨਾਂ ਨੇ ਆਪਣੀ ਫਾਊਂਡੇਸ਼ਨ ਦੇ ਬਿਹਾਰਫ ਤੇ ਵੀ ਜਿਹੜੀ ਉਹਨੂੰ ਹੈਡ ਕਰਦੇ ਨੇ ਫਾਊਂਡੇਸ਼ਨ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬ੍ਰੀਚ ਕੀਤਾ ਹੈ ਇੰਡੀਆ ਨੇ ਇੰਟਰਨੈਸ਼ਨਲ ਟਰੀਟিজ ਨੂੰ Heavy-handed response to farmers' agitation is the breach of numerous articles of United Nations Declaration of Human Rights Act, the United Resolution of Rights of Peasants and Other People Working in Rural Areas, the Constitution of India, and the International Covenant on Civil and Property uh, Political Rights. <laughs> ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਦਾ ਫੀਅਰ ਇਜ਼ ਥੈਟ ਗਵਰਨਮੈਂਟ ਇਜ਼ ਟ੍ਰਾਈਿੰਗ ਟੂ ਪਲੇ ਦਾ ਕਮਿਊਨਲ ਕਾਰਡ ਐਂਡ ਟਰਨ ਦਾ ਮੈਜੋਰਿਟੀ ਕਮਿਊਨਿਟੀ ਅਗੇਂਸਟ ਸਿੱਖ ਫਾਰਮਰਜ਼ ਉਹਨਾਂ ਨੇ ਕਿਹਾ ਵੀ ਵਰਸਡੇ ਹੈ ਵੀ ਉਹ ਫਿਰਕੂ ਕਾਰਡ ਖੇਡ ਰਹੇ ਨੇ ਅੱਛਾ ਔਰ ਹਿੰਦੂ ਮੈਜੋਰਿਟੀ ਨੂੰ ਸਿੱਖਾਂ ਦੇ ਖਿਲਾਫ ਪੁਖਤਾ ਸਕਦੇ ਨੇ ਔਰ ਇਹ ਉਹਨਾਂ ਨੇ ਇਸ ਦੇ ਉੱਤੇ ਯੂਨ ਨੂੰ ਕਿਹਾ ਵੀ ਉੱਥੇ ਪਰਮਾਨੈਂਟ ਪੋਸਟ ਵੀ ਬਣਾਓ ਔਰ ਆਪਣੇ ਆਬਜ਼ਰਵਰ ਵੀ ਭੇਜੋ ਸੋ ਅਸੀਂ ਬਾਹਰ ਬੈਠੇ ਲੋਕ ਇਹੀ ਕੁਛ ਕਰ ਸਕਦੇ ਆ ਬਿਲਕੁਲ ਔਰ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਅੱਛਾ ਲੇਕਿਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਬਹੁਤ ਵਾਰ ਜੇ ਸਿਰਫ ਅਸੀਂ ਈਮੋਸ਼ਨ ਦੇ ਬੇਸਡ ਕਿਸੇ ਚੀਜ਼ ਦਾ ਮੁਲਾਂਕਣ ਕਰਦੇ ਆ ਈਵੈਲਿਊਏਟ ਕਰਦੇ ਆ ਫਿਰ ਈਮੋਸ਼ਨ ਜਦੋਂ ਨੈਗੇਟ ਹੁੰਦੀ ਹੈ ਜਾਂ ਈਮੋਸ਼ਨ ਸਾਡੀ ਦੇ ਉਲਟ ਕੁਝ ਹੁੰਦਾ ਫਿਰ ਉਹਨੂੰ ਕਹਿੰਦੇ ਨੇ ਈਮੋਸ਼ਨਲ ਡレイン ਆਊਟ ਫਿਰ ਅਸੀਂ ਬਹੁਤ ਬੁਰੀ ਤਰ੍ਹਾਂ ਡਿੱਗਦੇ। ਬਿਲਕੁਲ। ਔਰ ਇਸ ਗੱਲ ਦਾ ਵੀ ਧਿਆਨ ਰੱਖਿਏ ਕਿ ਭਾਈ ਇਹ ਗੱਲ ਗੁਰੂ ਨੇ ਸਾਨੂੰ ਸਮਝਾਈ ਹੋਈ ਹੈ ਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਨ ਕਿ ਅਕਲ ਦੇ ਨਾਲ ਇੰਟੈਲੈਕਟ ਦੇ ਨਾਲ ਤੁਸੀਂ ਜਦੋਂ ਫੇਥ ਦਾ ਰਸਤਾ ਵੀ ਚੁਣਦੇ ਹੋ, ਬੇਸ਼ੱਕ ਫੇਥ ਫੇਥ ਹੈ। ਜੀ। ਲੇਕਿਨ ਫਿਰ ਵੀ ਤੁਸੀਂ ਠੀਕ ਔਰ ਗਲਤ ਦੀ ਪਛਾਣ ਕਰਦੇ ਹੋ। ਇਸੇ ਤਰ੍ਹਾਂ ਆਲੇ-ਦੁਆਲੇ ਨੂੰ ਸਮਝ ਕੇ ਦੇਖ ਕੇ ਔਰ ਕੌਣ ਕਿਸ ਚੀਜ਼ ਦਾ ਹੱਕਦਾਰ ਹੈ ਕੌਣ ਨਹੀਂ ਹੈ ਉਸ ਦੇ ਮੁਤਾਬਕ ਤੁਰਿਏ ਨਹੀਂ ਤਾਂ ਫਿਰ ਇਹੀ ਹੁੰਦਾ ਕਿ ਉਹੀ ਸ਼ਾ ਮੁਹੰਮਦ ਨੂੰ ਫਿਰ ਅਸੀਂ ਵੋਟ ਕਰਦੇ ਰਵਾਂਗੇ ਕਿ ਸ਼ਾ ਮੁਹੰਮਦ ਇੱਕ ਸਰਕਾਰਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਆਂ ਆਸ ਕਰਦੇ ਆਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਪਹਿਲਾ ਸੈਗਮੈਂਟ ਔਰ ਪਹਿਲਾ ਆਈਸ਼ੂ ਪਸੰਦ ਆਇਆ ਹੋਵੇਗਾ ਸੋ ਇੱਥੇ ਲੈਨੇ ਆਪਰੇਕ ਟ੍ਰੇਡ ਪਹਿਲਾ ਸਪੰਡ ਦਰਸ਼ਕਾਂ ਤੇ ਸਰੋਤਿਆਂ ਨੂੰ ਬੇਨਤੀ ਕਰਦੀ ਹਾਂ ਵੀਵਰਸ ਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਦੀ ਚੜਦੀ ਕਲਾ ਲਈ ਵਾਦ ਤੋਂ ਵਾਦ ਦੋਨੇਰ ਕਰੋ ਦੋਨੇਰ ਕਰ ਨਹੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਬਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ ਜੈਲ ਹਰ ਕਿਸਮ ਦਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ ਤੁਸੀਂ ਟੀਵੀਏਡੀ 4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-0137 ਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਤੁਸੀਂ ਨੂੰ ਫੋਨ ਰਾਈ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv4.tv ਤੇ ਅਸੀਂ ਤੁਹਾਡੇ ਤਹਿਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਅਥੇ ਲੈਨੇ ਬ੍ਰੇਕ ਵੀਵਰਜ਼ ਤੁਸਾਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ